ਔਰ ਮੈਨੂੰ ਕੋਈ ਫਿਜ਼ੀਕਲ ਵੀ ਪ੍ਰੋਬਲਮ ਸੀ, ਜਿਸ ਦੇ ਅਕੋਰਡਿੰਗ ਮੈਂ ਯੂਟਿਊਬ ਤੋਂ ਡਾਕਟਰ ਸਾਹਿਬ ਬਾਰੇ ਵੇਖਿਆ ਸੀਗਾ। ਉਹਨਾਂ ਨੇ ਮੈਨੂੰ ਓਪਰੇਟ ਦਾ ਸੁਜੈਸਟ ਕੀਤਾ। ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਮੈਂ ਆਪਣਾ ਓਪਰੇਟ ਕਰਾਇਆ। ਓਪਰੇਸ਼ਨ ਦਾ ਮਤਲਬ ਐਕਸਪੀਰੀਅੰਸ ਕਾਫੀ ਵਧੀਆ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦਾਸਪੁਰ ਤੋਂ ਆਈ ਹਾਂ। ਮੈਂ ਯੂਟਿਊਬ ਤੋਂ ਡਾਕਟਰ ਸਾਹਿਬ ਬਾਰੇ ਵੇਖਿਆ ਸੀਗਾ। ਔਰ ਮੈਨੂੰ ਕੋਈ ਫਿਜ਼ੀਕਲ ਵੀ ਪ੍ਰੋਬਲਮ ਸੀ, ਜਿਸ ਦੇ ਅਕੋਰਡਿੰਗ ਮੈਂ ਡਾਕਟਰ ਜਸਮੀਤ ਸਿੰਘ ਜੀ ਨੂੰ ਮਿਲਣਾ ਹੈ। ਉਹਨਾਂ ਨੇ ਮੈਨੂੰ ਓਪਰੇਟ ਦਾ ਸੁਜੈਸਟ ਕੀਤਾ। ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਮੈਂ ਆਪਣਾ ਓਪਰੇਟ ਕਰਾਇਆ। ਓਪਰੇਸ਼ਨ ਦਾ ਮਤਲਬ ਐਕਸਪੀਰੀਅੰਸ ਕਾਫੀ ਵਧੀਆ ਰਿਹਾ। ਓਪਰੇਸ਼ਨ ਦੇ ਦੂਸਰੇ ਦਿਨ ਹੀ ਮੈਂ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਸੀ ਔਰ ਮੈਨੂੰ ਕਾਫੀ ਵਧੀਆ ਫੀਲ ਹੋ ਰਿਹਾ। ਇਸ ਹੋਸਪਿਟਲ ਦਾ ਸਾਰਾ ਹੀ ਸਟਾਫ ਵੀ ਬਹੁਤ ਵਧੀਆ ਕੇਅਰਿੰਗ ਆ ਐਂਡ ਮੇਰੀ ਇੰਨੀ ਕੁ ਕੇਅਰ ਕੀਤੀ ਕਿ ਮੈਨੂੰ ਫੈਮਿਲੀ ਦੀ ਲੋੜ ਵੀ ਮਹਿਸੂਸ ਨਹੀਂ ਹੋਈ।